ਬਰਨਾਲਾ ਦੇ ਕਸਬਾ ਹੰਡਿਆਇਆ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਕਰ ਰਹੇ ਠੇਕੇਦਾਰ ਅਤੇ ਟਰੱਕ ਯੂਨੀਅਨ ਵਿੱਚ ਲਿਫਟਿੰਗ ਕਰਨ ਨੂੰ ਲੈ ਝਗੜਾ ਹੋ ਗਿਆ ਅਤੇ ਟਰੱਕ ਯੂਨੀਅਨ ਦੇ ਕੁਝ ਵਿਅਕਤੀਆਂ ਵੱਲੋਂ ਠੇਕੇਦਾਰ ਅਧੀਨ ਕੰਮ ਕਰਦੇ ਟਰੱਕ ਡਰਾਈਵਰਾਂ ਦੀ ਕੁੱਟਮਾਰ ਕੀਤੀ ਗਈ, ਜਿਸ ਵਿੱਚ 3 ਟਰੱਕ ਡਰਾਈਵਰਾਂ ਦੇ ਸੱਟਾਂ ਵੀ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਮੰਡੀ ਵਿੱਚ ਲਿਫਟਿੰਗ ਦੇ ਠੇਕੇਦਾਰ ਨੇ ਦੱਸਿਆ ਕਿ ਉਹ ਟੈਂਡਰ ਅਧੀਨ ਮੰਡੀ ਵਿੱਚੋਂ ਲਿਫਟਿੰਗ ਦਾ ਕੰਮ ਕਰ ਰਹੇ ਹਨ ਅਤੇ ਟਰੱਕ ਯੂਨੀਅਨ ਵੱਲੋਂ ਯੂਨੀਅਨ ਦੇ ਟਰੱਕਾਂ ਨੂੰ ਲਿਫਟਿੰਗ ਦਾ ਕੰਮ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਇਹ ਝਗੜਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਟਰੱਕ ਯੂਨੀਅਨ ਦੇ ਟਰੱਕਾਂ ਨੂੰ ਪਹਿਲਾਂ ਵੀ ਲੋੜ ਪੈਣ ਤੇ ਕੰਮ ਦੇਣ ਸੰਬੰਧੀ ਯੂਨੀਅਨ ਦੇ ਪ੍ਰਬੰਧਕਾਂ ਦੇ ਨਾਲ ਸਮਝੌਤਾ ਹੋਇਆ ਹੈ, ਪਰ ਫਿਰ ਵੀ ਯੂਨੀਅਨ ਦੇ ਟਰੱਕ ਆਪਰੇਟਰ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਦੂਜੇ ਪਾਸੇ ਟਰੱਕ ਯੂਨੀਅਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਠੇਕੇਦਾਰ ਨਾਲ ਯੂਨੀਅਨ ਦੇ ਟਰੱਕਾਂ ਨੂੰ ਕੰਮ ਦੇਣ ਦਾ ਸਮਝੌਤਾ ਹੋਇਆ ਸੀ ਅਤੇ ਜਦ ਤੱਕ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਉਨ੍ਹਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਮੌਕੇ ਉੱਪਰ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਆ ਕੇ ਬਸ ਧੱਕੇ ਨਾਲ ਪੈ ਗਏ ਜੀ, ਬਸ ਕੁੱਟਣ ਲੱਗ ਗਏ, ਭੱਜੇ ਵੀ ਭਜਾ ਭਜਾ ਕੇ ਕੁੱਟਿਆ ਜੀ ਉਹਨਾਂ ਨੇ, ਝਾੜੂਆਂ ਨਾਲ ਲੱਤਾਂ ਲੱਤਾਂ ਮਾਰੀਆਂ, ਸਿਰ 'ਚ ਮਾਰੀਆਂ ਜੀ, ਵਾਲ ਵੂਲ ਸਾਰੇ ਖੰਡਾਂ 'ਤੇ ਵੀ ਪਰਨੇ ਪਰਨੇ ਉੱਥੇ ਗਿਰ ਕੇ ਜੀ, ਮੈਂ ਤਾਂ ਭੱਜ ਕੇ ਉਹਦਾ ਬਚਿਆ। ਗੱਡੀ ਦਾ ਜੀ ਸਾਰੇ ਟਾਇਰਾਂ ਦੀ ਹਵਾ ਕੱਢ ਕੇ ਟੂਟੀਆਂ ਪੱਟ ਗਏ, ਬਾਕੀ ਰੇਡੀਏਟਰ ਭੰਨ ਗਏ, ਪਾਣੀ ਪੂਣੀ ਸਾਰਾ ਕੱਢ ਗਏ ਜੀ। ਮੈਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਜੀ ਕਿਆ ਗੱਲ ਆ, ਕੋਈ ਤਾਂ ਗੱਲ ਤਾਂ ਸੁਣੀਆਂ ਨਹੀਂ ਉਹਨਾਂ ਨੇ ਜੀ। ਇੱਕ ਲੱਖ ਦੀ 40-50 ਬੰਦੇ ਪੈ ਗਏ ਜੀ ਆ ਕੇ। ਕੌਣ ਸੀ, ਕੌਣ ਬੰਦੇ ਉਹ? ਯੂਨੀਅਨ ਦੇ ਸੀਗੇ ਜੀ, ਇੱਕ ਤਾਂ ਬੰਟੀ ਹੈ ਜੀ, ਇੱਕ ਜੈ ਰਾਮ ਦਾ ਹੈ ਜੀ, ਆ ਖਨ ਗਾਂਧੀ ਹੈ ਜੀ ਖਜ਼ਾਨਚੀ ਯੂਨੀਅਨ ਦਾ, ਇੱਕ ਮੁੰਡਾ ਹਾਲਾਂ ਇੰਨੇ ਬੰਦਿਆਂ ਦੇ ਵਿੱਚ ਹੁਣ ਪਤਾ ਵੀ ਨਹੀਂ ਲੱਗਦਾ ਜੀ ਕਿਹੜੇ ਕਿਹੜੇ ਦੀ ਹੈ ਜੀ। ਬਾਈ ਆਹੀ ਹੈ ਜੀ, ਹੁਣ ਸਾਨੂੰ ਨਿਆਏ ਮਿਲਣਾ ਚਾਹੀਦਾ ਜੀ, ਵੀ ਗੱਲ ਹੋਈ ਹੈ ਤਾਂ ਦੱਸੋ ਤਾਂ ਸਹੀ ਵੀ ਸਾਡਾ ਕਿਆ ਕਸੂਰ ਸੀਗਾ ਇਹਦੇ 'ਚ, ਸਾਡਾ ਤਾਂ ਇਹਦੇ ਵਿੱਚ ਕੋਈ ਰੋਲ ਨਹੀਂ ਸੀਗਾ। ਜੇ ਕੋਈ ਗੱਲ ਵੀ ਕਰਨੀ ਸੀਗੀ ਗੱਡੀ ਦੇ ਮਾਲਕ ਨਾਲ ਕਰ ਸਕਦੇ ਸੀਗੇ, ਗੱਡੀ ਦਾ ਸਾਡਾ ਕੀ ਰੋਲ ਹੈ ਇਹਦੇ 'ਚ, ਸਾਨੂੰ ਤਾਂ ਧੱਕੇ ਨਾਲੇ ਕੁੱਟਣਾ ਹੈ। ਆਉਂਦੇ ਹੀ ਦਾੜੀ ਨੂੰ ਪੈ ਗਿਆ ਵਾ, ਉਹ ਝਾੜੂ ਮਾਰਨ ਲੱਗ ਗਏ ਆ, ਧੋਣ 'ਤੇ ਵੀ ਆਹ ਦੇਖੋ ਦਾਗ ਪਏ ਹੋਏ ਆ। ਗੱਲ ਦਾ ਤਾਂ ਪਤਾ ਨਹੀਂ, ਮੈਂ ਤਾਂ ਗੱਡੀ ਚਲਾਉਂਦਾ ਵਾਂ ਬਾਹਰੋਂ, ਗਾਂਧੀ ਦਾ ਨਾਂ ਲੈਂਦੇ ਸੀ ਵਿੱਚ, ਉਹ ਤਾਂ ਨਾਂ ਜ਼ਿਆਦਾ, ਇਹ ਹੋਰ ਕਿਸੇ ਨੂੰ ਮੈਨੂੰ ਜਾਣਦਾ ਨਹੀਂ ਕਿਸੇ। ਸਾਡੇ ਨਾਲ ਇਹ ਠੇਕੇਦਾਰ ਦਾ ਐਗਰੀਮੈਂਟ ਹੋਇਆ ਵਾ, 1800 ਰੁਪਏ ਦੀ ਜਗ੍ਹਾ ਸਾਨੂੰ 1000 ਰੁਪਇਆ ਦਿੱਤਾ, ਉਹ ਵੀ ਅਸੀਂ ਇਹਦੀ ਗੱਲ ਮੰਨ ਗਏ, ਹਾਂ ਕਹੋਗੀ ਸਾਡੀ ਵੀ ਹਾਂ ਤੇਰਾ ਸਹੀ ਕੰਮ ਕਰਾਂਗੇ। ਉਹ ਤੋਂ ਬਾਅਦ ਜੀ ਇਹ ਸਾਤੋਂ ਬਿਨਾਂ ਬਾਹਰੋਂ ਲਿਆ ਲਿਆ ਗੱਡੀਆਂ ਭਰਾ ਰਿਹਾ, ਸਾਡੇ ਕੋਲ ਲੈਟਰ ਪੈਡ 'ਤੇ ਲਿਖਤਾ ਜੀ। ਇਸ ਚੀਜ਼ ਦੀ ਤੁਹਾਡੇ ਕੋਲ ਲਿਖਤ ਹੋਈ ਵੀ? ਹਾਂਜੀ ਹੋਈ, ਗੱਡੀਆਂ ਯੂਨੀਅਨ ਤੋਂ ਲੈਣੀਆਂ? ਹਾਂਜੀ ਹਾਂਜੀ। ਟਰੱਕ ਯੂਨੀਅਨ ਨਾਲ ਪਹਿਲਾਂ ਸੀ ਜਦੋਂ ਇਹ ਟੈਂਡਰ ਪਏ ਨੇ, ਸਰਕਾਰ ਨੇ ਸਾਥੋਂ ਪਵਾਏ ਸੀਗੇ, ਅਤੇ ਟਰੱਕ ਯੂਨੀਅਨ ਭੰਗ ਹੋ ਚੁੱਕੀਆਂ ਸੀ, ਕੈਪਟਨ ਸਾਹਿਬ ਨੇ ਟੈਂਡਰ ਕਹਿ ਕੇ ਪਵਾਏ ਤਾਂ ਸੀ, ਉਹਨਾਂ ਨੂੰ ਨਿਰਵਿਘਨ ਅਸੀਂ ਚਲਾ ਰਹੇ ਹਾਂ 1-4 ਤੋਂ 18 ਤੋਂ ਲੈ ਕੇ ਹੁਣ ਤੱਕ ਚੱਲ ਰਿਹਾ, ਜਿਹੜੇ ਗੋਦਾਮਾਂ ਦੇ ਵਿੱਚ ਵੀ ਕੰਮ ਚੱਲ ਰਿਹਾ ਹੈਗਾ ਪੂਰਾ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਮਹਿਕਮੇ ਨੂੰ। ਅਤੇ ਟਰੱਕ ਯੂਨੀਅਨ ਨਾਲ ਪਿਛਲੇ ਇੱਕ ਦਿਨੀ ਥੋੜ੍ਹਾ ਜਿਹਾ ਉਹਨਾਂ ਨੇ ਪ੍ਰੈਸ਼ਰ ਪਾਇਆ ਪੁਲਿਸ ਰਾਹੀਂ ਵੀ ਸਾਡੇ ਨਾਲ ਕਰ ਲਓ, ਅਸੀਂ ਕਹਿਤਾ ਵੀ ਜੋ ਜਿਹੜੇ ਸਾਡੇ ਟਰੱਕ ਨੇ, ਜੇ ਕੋਈ ਸਾਨੂੰ ਵਾਧੂ ਟਰੱਕਾਂ ਦੀ ਲੋੜ ਹੋਈ ਅਸੀਂ ਉੱਥੋਂ ਲੈ ਲਿਆ ਕਰਾਂਗੇ, ਅਸੀਂ ਉਹਨਾਂ ਦੇ ਰੇਟ ਕਰ ਲਏ ਸੀ ਉਹਨਾਂ ਨਾਲ, ਜਿਹਦੇ ਵਿੱਚ 12 ਟਰੱਕ ਅਸੀਂ ਉਹਨਾਂ ਤੋਂ ਪਰਸੋਂ ਵੀ ਲਏ ਸੀ ਅਤੇ 5-6 ਟਰੱਕ ਅਸੀਂ ਕੱਲ੍ਹ ਵੀ ਲਏ ਸੀ ਜਿਹੜੇ ਅੱਜ ਮੰਡੀ 'ਚ ਵੀ ਚੱਲਦੇ ਸੀ। ਅੱਜ 100-150 ਬੰਦੇ ਨੂੰ ਲਿਆ ਨਾਲ ਲੈ ਕੇ, ਜਸਪਾਲ ਸਿੰਘ ਗਾਂਧੀ ਜਾਗਲ ਅਤੇ ਟਰੱਕ ਯੂਨੀਅਨ ਦਾ ਪ੍ਰਧਾਨ ਪੱਪੀ, 100-150 ਬੰਦੇ ਨੂੰ ਹੋਰ ਨਾਲ ਲੈ ਕੇ ਆ ਕੇ ਆਪਣੇ ਡਰਾਈਵਰਾਂ ਦੀ ਕੁੱਟਮਾਰ ਕਰਕੇ ਆਪਣੇ ਟਰੱਕਾਂ ਦੇ ਹਵਾ ਕੱਢ ਗਏ, ਉਹਨਾਂ ਨੂੰ ਭੰਨ ਤੋੜ ਵੀ ਕਰ ਗਏ ਜੀ, ਅਤੇ ਉਹ ਜਿਹੜੇ ਦੋਨੋਂ ਬੰਦੇ ਉਹ ਹੋਸਪਿਟਲ ਦੇ ਵਿੱਚ ਦਾਖਲ ਨੇ, ਅਤੇ ਰੇਡੀਏਟਰ ਤੋੜ ਗਏ, ਟਰੱਕਾਂ ਦੀ ਭੰਨ ਤੋੜ ਕੀਤੀ ਜੀ। ਸਾਨੂੰ ਧਮਕੀਆਂ ਦੇ ਰਿਹਾ ਵੀ ਤੁਹਾਡੀਆਂ ਲੱਤਾਂ ਭੰਨ ਦਾਂਗੇ, ਤੁਹਾਨੂੰ ਮਾਰ ਦਾਂਗੇ, ਜੇ ਤੁਸੀਂ ਅਸਲਾ ਵੀ ਕੋਲੇ ਉਹਨਾਂ ਕੋਲ ਮਾਰੂ ਹਥਿਆਰ ਸੀ ਅਤੇ ਰਿਵਾਲਵਰ ਵੀ ਸੀਗੇ, ਕਾਫੀ ਕੁਛ ਸੀਗੇ। ਉਹ ਧੱਕਾ ਕਰ ਰਿਹਾ ਜੀ ਯੂਨੀਅਨ ਦੇ ਨਾਂ 'ਤੇ, ਯੂਨੀਅਨ ਹੈ ਨਹੀਂ, ਜੋ ਕੈਪਟਨ ਸਾਹਿਬ ਨੇ ਭੰਗ ਕਰ ਚੁੱਕੇ ਨੇ ਪਹਿਲਾਂ ਹੀ, ਕੋਈ ਇਹਨਾਂ ਦਾ ਉਹ ਤਾਂ ਹੈ ਨਹੀਂ ਗਾ, ਇਹਨਾਂ ਦੀ ਇੱਕ ਗੁੰਡਾ ਕਰਦੀ ਆ, ਅਤੇ ਇਕੱਠੇ ਹੋ ਕੇ ਪ੍ਰੈਸ਼ਰ ਪਾ ਰਹੇ ਨੇ ਵੀ ਆ ਕੇ ਅਸੀਂ ਮਾਲ ਚੱਕਾਂਗੇ ਇਹ ਜਿਹੜਾ ਹੈਗਾ, ਕਿ ਜਿਹਦੇ 'ਤੇ ਅਧਿਕਾਰ ਸਾਡਾ ਟੈਂਡਰ, ਅਸੀਂ ਪੈਸੇ ਭਰੇ ਹੋਏ, ਸਾਡੀਆਂ ਸਕਿਉਰਟੀਆਂ ਭਰੀਆਂ ਹੋਈਆਂ ਪੁਲਿਸ ਦੇ ਉੱਤੇ। ਪਹਿਲਾਂ ਸਾਨੂੰ ਪੁਲਿਸ ਥਾਣੇ 'ਚ ਬੁਲਾ ਕੇ ਵੀ ਆਹ ਇਹਨਾਂ ਨਾਲ ਸਮਝੌਤਾ ਕਰ ਲਓ, ਜਿਹੜਾ ਇਹਨਾਂ ਨੂੰ ਕੰਮਾਂ ਦੇ ਦਿਓ, ਤਾਂ ਅਸੀਂ ਆਹ ਲਿਖ ਕੇ ਦਿੱਤਾ ਸੀ ਵੀ ਜੋ ਸਾਨੂੰ ਵਾਧੂ ਟਰੱਕਾਂ ਦੀ ਲੋੜ ਹੋ ਅਸੀਂ ਲੈ ਲਾਂਗੇ ਇਹਨਾਂ ਤੋਂ, ਅਤੇ ਅੱਜ ਇਹਨਾਂ ਨੇ ਆਹ ਗੁੰਡਾਗਰਦੀ ਕੀਤੀ ਜੀ ਸਾਹਮਣੇ ਸਰਿਆਮ। ਸਰਕਾਰ ਤੋਂ ਮੰਗ ਕਰਦੇ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ, ਸਾਨੂੰ ਇਨਸਾਫ ਦਿੱਤਾ ਜਾਵੇ, ਅਤੇ ਸਰਕਾਰ ਦਾ ਕੰਮ ਜਿਹੜਾ ਨਿਰਵਿਘਨ ਚੱਲ ਸਕੇ, ਜਿਹਦੇ ਵਿੱਚ ਕਿਸਾਨ ਨੇ, ਆੜ੍ਹਤੀ ਆ, ਸ਼ੈਲਰ ਐਸੋਸੀਏਸ਼ਨਾਂ ਦੇ ਸ਼ੈਲਰ ਮਾਲਕ ਨੇ, ਸਾਰਿਆਂ ਦਾ ਕੰਮ ਨਿਰਵਿਘਨ ਉਹ ਨੇਪਰੇ ਚੜ੍ਹ ਸਕੇ ਜੀ। ਅਸੀਂ ਸਰ ਅੱਜ ਕੰਮ ਅਸੀਂ ਠੱਪ ਕਰਾਂਗੇ ਜੀ, ਜੇ ਇਹਦੇ 'ਤੇ ਕੋਈ ਪਰਚਾ ਦਰਜ ਨਹੀਂ ਹੁੰਦਾ ਇਹਨਾਂ ਬੰਦਿਆਂ 'ਤੇ, ਤਾਂ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਵਾਂਗੇ।
ਅਸੀਂ ਡੀ ਸੀ ਸਾਹਿਬ ਨੂੰ ਮਿਲ ਕੇ ਆਏ ਹਾਂ, ਐਸ ਡੀ ਐਮ ਸਾਹਿਬ ਨੂੰ, ਉਹਨਾਂ ਨੇ ਸਾਨੂੰ ਵਧੀਆ ਰਿਸਪੋਂਸ ਦਿੱਤਾ ਜੀ, ਅਤੇ ਹੁਣ ਅਸੀਂ ਸਿਟੀ ਦੇ ਵਿੱਚ ਥਾਣੇ ਦੇ ਵਿੱਚੋਂ ਵੀ ਆਏ ਹਾਂ, ਜਾ ਕੇ ਦੱਸ ਕੇ ਅਫਸਰਾਂ ਦੇ ਧਿਆਨ 'ਚ ਲਿਆਂਦੀ ਸਾਰੀ ਗੱਲ। ਇਹਦਾ ਮੰਡੀ ਦੇ ਵਿੱਚ ਜਿਹੜਾ ਲਿਫਟਿੰਗ ਦਾ ਹੈਗਾ, ਉਹਦੇ ਸੰਬੰਧ ਵਿੱਚ ਟਰੱਕ ਯੂਨੀਅਨ ਦਾ ਅਤੇ ਠੇਕੇਦਾਰ ਦਾ ਆਪਸ ਵਿੱਚ ਕੋਈ ਥੋੜ੍ਹਾ ਬਹੁਤ ਝਗੜਾ ਹੋਇਆ ਅਤੇ ਸਾਨੂੰ ਟੈਲੀਫੋਨ ਆਇਆ ਸੀ, ਅਸੀਂ ਪਹੁੰਚ ਗਏ ਹਾਂ ਮੌਕੇ 'ਤੇ, ਹੁਣ ਦੇਖਦੇ ਹਾਂ ਕੀ ਗੱਲਬਾਤ ਆ। ਅਸੀਂ ਪਹੁੰਚ ਗਏ ਹਾਂ ਜੀ ਇੱਥੇ, ਹੁਣ ਕਰਦੇ ਹਾਂ ਇਹਦਾ ਮੁਆਇਨਾ, ਕਰਦੇ ਹਾਂ ਮੌਕੇ ਦਾ ਵੀ ਕੀ ਗੱਲਬਾਤ ਆ, ਕਿਹਦਾ ਕਸੂਰ ਆ, ਕਿਉਂ ਝਗੜਾ ਹੋਇਆ। ਇਹਦਾ ਇੱਧਰੋਂ ਗੱਡੀਆਂ ਲੈ ਕੇ ਆਏ ਸੀਗੇ ਅਤੇ ਆਉਂਦਾ ਨੂੰ ਇੱਧਰੋਂ ਕੇਰੇ ਭੱਜੇ ਆਏ ਆ, ਇਹ ਆਣ ਕੇ ਤੁਹਾਨੂੰ ਸੈੱਟ ਲਿਆ ਡਰਾਈਵਰ ਨੂੰ, ਕਹਿੰਦੇ ਕੁੱਟਾਂ ਪੀਪਾ ਪੂਪਾ ਇੱਕ ਮਾਰਿਆ, ਉਹਦੇ ਇੱਕ ਪੀਪਾ ਮਾਰਿਆ, ਉਹਦੇ ਨੂੰ ਵਿਚਾਰਾ ਭੱਜ ਗਿਆ, ਬਾਅਦ 'ਚ ਫਿਰ ਲਿਆਏ ਸੀ ਉਹਨੂੰ। ਅਸੀਂ ਕਿਹਾ ਵੀ ਇਹਨਾਂ ਦਾ ਡਰਾਈਵਰਾਂ ਦਾ ਕੀ ਕਸੂਰ ਆ ਵਿਚਾਰੇ ਦਾ, ਵੀ ਇਹਦਾ ਕੀ ਕਸੂਰ ਆ, ਇੰਨੀ ਗੱਲ ਕਹੀ ਜਦੋਂ, ਉਦੋਂ ਬਾਅਦ 'ਚ ਮੁੜ ਕੇ ਉਹਨੂੰ ਛੱਡਤਾ, ਉਹ ਦੂਜੀ ਗੱਡੀ ਵਾਲਾ ਆਇਆ, ਉਹ ਕਹਿੰਦਾ ਉਹਨੂੰ ਬਥੇਰਾ ਕਿਹਾ ਉਹਨਾਂ ਨੇ ਵੀ ਭਾਈ ਵੀ ਕਾਹਦੇ ਵਾਸਤੇ ਭਰਨ ਲੱਗਾ, ਤੂੰ ਕਾਹਦੇ ਵਾਸਤੇ ਭਰਨ ਲੱਗਾ, ਕੋਈ ਕਹਿੰਦਾ ਮੈਂ ਤਾਂ ਭਰੂੰਗਾ। ਉਦੋਂ ਬਾਅਦ ਦੇ ਵਿੱਚ ਮੁੜ ਕੇ ਉਹਨੂੰ ਸੱਟ ਲਿਆ ਫੜ ਕੇ, ਉਹਨੂੰ ਛੁਡਾਇਆ ਛੁਡਾਇਆ ਭੱਜ ਗਿਆ ਉਹਦਾ। ਗੱਡੀ ਦਾ ਵੀ ਨੁਕਸਾਨ ਹੋਇਆ ਬਾਈ ਜੀ? ਗੱਡੀ ਦਾ ਉਹਦਾ ਨੁਕਸਾਨ ਨਹੀਂ, ਹਵਾ ਹੀ ਕੱਢੀ ਆ ਇਕੱਲੀ। ਰੇਡੀਏਟਰ 'ਚ ਵੀ ਕੁਛ ਪਾਇਆ ਗਿਆ? ਉਹ ਰੇਡੀਏਟਰ 'ਚ ਨਹੀਂ ਕੁਛ ਵੀ ਪਾਇਆ ਜੀ, ਅੱਗੋਂ ਖੋਲ੍ਹ ਕੇ ਟੂਟੀ ਲੈ ਕੇ ਗਏ ਆ। ਬਿਊਰੋ ਰਿਪੋਰਟ, ਦਾ ਟੀਵੀ, ਐੱਨ ਆਰ ਆਈ।